ਮਾਨਯੋਗ ਸੁਪਰੀਮ ਕੋਰਟ ਅਤੇ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਖਿਲਾਫ ਲਏ ਗਏ ਫੈਸਲੇ ਨੂੰ ਲੈ ਕੇ ਸਮੂਹ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਸਮੂਹ ਦਲਿਤ ਸਮਾਜ ਸੜਕਾਂ ਤੇ ਉਤਰ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੀ ਹੈ, ਜਿਸ ਦੇ ਤਹਿਤ ਅੰਬੇਡਕਰ ਸੈਨਾ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਸ਼ਾਂਤਮਈ ਢੰਗ ਨਾਲ ਬੱਸ ਸਟੈਂਡ ਵਿਖੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਤਹਿਤ ਬੱਸ ਸਟੈਂਡ ਫਗਵਾੜਾ ਵਿਖੇ ਜਿੱਥੇ ਨੰਬਰਦਾਰ ਧਰਮਿੰਦਰ ਸਿੰਘ ਭੁੱਲਾਰਾਈ ਵੱਲੋਂ ਅਰਧ ਨੰਗਨ ਹੋ ਕੇ ਅਤੇ ਸਿਰ ਤੇ ਜੁੱਤੀਆਂ ਰੱਖ ਕੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਉੱਥੇ ਹੀ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਉਹ ਕਾਫ਼ੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਲਿਤਾਂ ਉੱਪਰ ਹੋ ਰਹੇ ਅਤਿਆਚਾਰਾਂ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਦਲਿਤ ਸਮਾਜ ਦੀ ਦੁਰਦਸ਼ਾ ਪਹਿਲਾਂ ਨਾਲੋਂ ਵੀ ਜ਼ਿਆਦਾ ਬਦਤਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਸ ਗਲਤ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਅੰਬੇਡਕਰ ਸੈਨਾ ਪੰਜਾਬ ਦੇ ਸਮੂਹ ਮੈਂਬਰ ਹਾਜ਼ਰ ਸਨ। ਜਿਵੇਂ ਕਿ ਭਾਰਤ ਦੇਸ਼ ਦੇ ਅੰਦਰ ਭਾਰਤ ਦੇਸ਼ ਦਾ ਮੂਲ ਵਾਸੀ ਬਹੁਜਨ ਸਮਾਜ ਜਿਹਦੇ 'ਤੇ ਦਿਨੋ ਦਿਨ ਜਿਹੜਾ ਅੱਤਿਆਚਾਰ ਵੱਧਦਾ ਜਾ ਰਿਹਾ ਔਰ ਅਲੱਗ ਅਲੱਗ ਜਗ੍ਹਾ 'ਤੇ ਦੇਸ਼ ਦੀਆਂ ਸਰਕਾਰਾਂ ਧਿਆਨ ਨਹੀਂ ਦਿੰਦੀਆਂ, ਕਿਤੇ ਸ਼ਡਿਊਲਡ ਕਾਸਟ ਲੋਕਾਂ ਨੂੰ ਕੁੱਟਿਆ ਜਾ ਰਿਹਾ, ਕਿਤੇ ਮਾਰਿਆ ਜਾ ਰਿਹਾ। ਅੱਜ ਅਸੀਂ ਮੰਗ ਕਰਦੇ ਹਾਂ ਇਸ ਦੇਸ਼ ਦੇ ਅੰਦਰ ਕਿ ਜਿਹੜੇ ਐਸਸੀ ਐਸਟੀ ਐਟਰੋਸਿਟੀ ਐਕਟ ਸੀਗਾ ਉਹਨੂੰ ਇਸ ਦੇਸ਼ ਦੇ ਅੰਦਰ ਪ੍ਰਭਾਵਹੀਣ ਕਰ ਦਿੱਤਾ ਗਿਆ ਔਰ ਜੇ ਐਟਰੋਸਿਟੀ ਐਕਟ ਐਸਸੀ ਐਸਟੀ ਐਟਰੋਸਿਟੀ ਐਕਟ ਨੂੰ ਪ੍ਰਭਾਵਹੀਣ ਕੀਤਾ ਤਾਂ ਦਿਨ ਬ ਦਿਨ ਜਿਹੜੇ ਐਸਸੀ ਸਮਾਜ ਦੇ ਲੋਕਾਂ ਦੇ ਉੱਤੇ ਸ਼ਡਿਊਲਡ ਕਾਸਟ ਦੇ ਲੋਕਾਂ ਦੇ ਉੱਤੇ ਅੱਤਿਆਚਾਰ ਹੋਰ ਵਧਣਗੇ। ਇਹ ਦੇਸ਼ ਦੀਆਂ ਸਰਕਾਰਾਂ ਕਾਣੀਆਂ ਬੋਲੀਆਂ ਅੰਨੀਆਂ ਆ ਔਰ ਜਿਸ ਦੇਸ਼ ਦੇ ਅੰਦਰ 83 ਕਰੋੜ ਲੋਕ ਇਸ ਦੇਸ਼ ਦੇ ਅੰਦਰ 6 ਰੁਪਏ ਤੋਂ ਲੈ ਕੇ 20 ਰੁਪਈਏ ਕਮਾਉਂਦੇ ਹੋਣ ਔਰ ਜਿਸ ਦੇਸ਼ ਦੇ ਅੰਦਰ 27 ਕਰੋੜ ਲੋਕ ਭੁੱਖੇ ਸੌਂਦੇ ਹੋਣ ਔਰ ਜਿਸ ਦੇਸ਼ ਦੇ ਹਰ ਇੱਕ ਲਾਈਟ ਦੇ ਉੱਤੇ ਛੋਟੇ ਛੋਟੇ ਬੱਚੇ ਭੀਖ ਮੰਗਣ ਦਾ ਕੰਮ ਕਰਦੇ ਹੋਣ ਉਸ ਦੇਸ਼ ਦੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸੋ ਅਸੀਂ ਅੱਜ ਇਹ ਇੱਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ, ਸ਼ਾਂਤੀਪੂਰਵਕ ਸਾਡਾ ਵਿਰੋਧ ਪ੍ਰਦਰਸ਼ਨ ਹੈ ਔਰ ਅੱਜ ਅਸੀਂ ਅੱਧ ਨੰਗੇ ਹੋ ਕੇ ਮੈਂ ਵਿਰੋਧ ਕੀਤਾ ਔਰ ਜੇਕਰ ਐਸਸੀ ਐਸਟੀ ਐਟਰੋਸਿਟੀ ਐਕਟ ਦੁਬਾਰਾ ਮੁੜ ਤੋਂ ਜਿਹੜਾ ਉਹ ਲਾਗੂ ਨਾ ਕੀਤਾ ਗਿਆ, ਜੇ ਉਹਨੂੰ ਪ੍ਰਭਾਵਹੀਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਵੀ ਜਿਹੜਾ ਉਗਰ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਰਹਾਂਗੇ।